ਪਿਛਲੇ ਲੰਬੇ ਸਮੇਂ ਤੋਂ ਮਾਲਵਾ ਖੇਤਰ ਵਿੱਚੋਂ ਚਿੜੀਆਂ ਅਤੇ ਕਾਂ ਅਲੋਪ ਹੋ ਗਏ ਹਨ ਜੋ ਹੁਣ ਦੇਖਣ ਤੇ ਵੀ ਨਹੀਂ ਲੱਭਦੇ। ਇਹਨਾਂ ਪੰਛੀਆਂ ਦਾ ਅਲੋਪ ਹੋਣਾ ਸਾਡੇ ਲਈ ਇੱਕ ਚਿੰਤਾ ਦਾ ਵੱਡਾ ਵਿਸ਼ਾ ਹੈ। ਜਿਵੇਂ ਕਿ ਕਿਸੇ ਸ਼ਾਇਰ ਨੇ ਕਿੰਨਾ ਸੋਹਣਾ ਲਿਖਿਆ, ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ। ਇਹ ਬੋਲ ਅੱਜ ਕੱਲ੍ਹ ਸੱਚ ਹੁੰਦੇ ਜਾਪ ਰਹੇ ਹਨ, ਕਿਉਂਕਿ ਚਿੜੀਆਂ ਕਿਤਰੇ ਉੱਡ ਕੇ ਲੱਗਦਾ ਹੈ ਪਰਾਏ ਦੇਸ਼ ਚਲੀਆਂ ਗਈਆਂ ਹਨ, ਜੋ ਅੱਜ ਸਾਨੂੰ ਸਾਡੀ ਧਰਤੀ ਤੇ ਵੇਖਣ ਨੂੰ ਹੀ ਨਹੀਂ ਮਿਲ ਰਹੀਆਂ। ਹਾਂ, ਗੱਲ ਅਗਰ ਪ੍ਰਵਾਸੀ ਪੰਛੀਆਂ ਦੀ ਕੀਤੀ ਜਾਵੇ ਤਾਂ ਉਹਨਾਂ ਦੀਆਂ ਡਾਰਾਂ ਡਰੇਨਾਂ ਦੇ ਕਿਨਾਰੇ ਬੈਠੀਆਂ ਸਾਫ਼ ਵੇਖੀਆਂ ਜਾ ਸਕਦੀਆਂ ਹਨ, ਲੇਕਿਨ ਚਿੜੀਆਂ ਅਤੇ ਕਾਂ ਲੱਭਣ ਤੇ ਵੀ ਨਹੀਂ ਲੱਭਦੇ। ਡੇਲੀ ਪੋਸਟ ਪੰਜਾਬੀ ਦੀ ਟੀਮ ਨੇ ਪਾਤੜਾਂ ਇਲਾਕੇ ਦਾ ਦੌਰਾ ਕੀਤਾ, ਜਿੱਥੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਲੋਕਾਂ ਦਾ ਆਖਣਾ ਸੀ ਕਿ ਪੰਛੀਆਂ ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਅਤੇ ਇਹ ਤਾਂ ਸਭ ਤੋਂ ਵੱਡਾ ਕਾਰਨ ਹੈ ਵੱਧਦਾ ਹੋਇਆ ਪ੍ਰਦੂਸ਼ਣ ਅਤੇ ਮੋਬਾਈਲ ਟਾਵਰਾਂ ਤੋਂ ਨਿਕਲਦੀ ਹੋਈ ਰੇਡੀਏਸ਼ਨ। ਦੂਜੇ ਪਾਸੇ ਉਹਨਾਂ ਦਾ ਇਹ ਵੀ ਆਖਣਾ ਸੀ ਕਿ ਪੰਛੀ ਅੰਡੇ ਤਾਂ ਦਿੰਦੇ ਹਨ, ਲੇਕਿਨ ਅੰਡਿਆਂ ਦੇ ਵਿੱਚੋਂ ਬੱਚੇ ਨਹੀਂ ਪਣਪਦੇ, ਕਿਉਂਕਿ ਰੇਡੀਏਸ਼ਨ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਿਸ ਕਰਕੇ ਇਹ ਪ੍ਰਜਾਤੀਆਂ ਹੁਣ ਹੌਲੀ ਹੌਲੀ ਖਤਮ ਹੋ ਰਹੀਆਂ ਹਨ। ਉਹਨਾਂ ਦਾ ਇਹ ਵੀ ਆਖਣਾ ਸੀ ਕਿ ਟਾਵਰ ਵਿੱਚੋਂ ਨਿਕਲਦੀਆਂ ਇਹ ਤਰੰਗਾਂ ਇੱਕ ਨਾ ਇੱਕ ਦਿਨ ਮਨੁੱਖੀ ਜੀਵਨ ਨੂੰ ਵੀ ਜ਼ਰੂਰ ਪ੍ਰਭਾਵਿਤ ਕਰਨਗੀਆਂ। ਲੋਕਾਂ ਦਾ ਆਖਣਾ ਸੀ ਕਿ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਦੇ ਲਈ ਧਾਰਮਿਕ ਸੰਸਥਾਵਾਂ ਅਤੇ ਸਰਕਾਰ ਨੂੰ ਕੋਈ ਉਪਰਾਲੇ ਕਰਨੇ ਚਾਹੀਦੇ ਹਨ, ਤਾਂ ਜੋ ਵੱਧ ਤੋਂ ਵੱਧ ਪੌਦੇ ਲਾਏ ਜਾਣ ਅਤੇ ਇਸ ਤੋਂ ਇਲਾਵਾ ਆਲ੍ਹਣੇ ਵੀ ਲਾਉਣੇ ਚਾਹੀਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀਆਂ ਲਈ ਇਹਨਾਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਜ਼ਿੰਦਾ ਰੱਖਿਆ ਜਾ ਸਕੇ। ਡੇਲੀ ਪੋਸਟ ਪੰਜਾਬੀ ਲਈ ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ।